ਸਿੰਘ ਭਲਾਣੀਆਂ ਦੇ ਪਰਿਵਾਰ ਤੋਂ ਅੱਗੋਂ ਚਾਚਾ ਸੁਖਦੇਵ ਜੀ, ਬਲਦੇਵ ਦੇ ਫਾਦਰ ਸਾਹਿਬ, ਜਿਹੜੇ ਕਿ ਥੋੜ੍ਹਾ ਚਿਰ ਪਹਿਲਾਂ ਆਪਾਂ ਸਾਰਿਆਂ ਨੂੰ ਸਰੀਰਕ ਵਿਛੋੜਾ ਦੇ ਗਏ ਸੀ, ਪਰ ਉਹਨਾਂ ਦੀਆਂ ਯਾਦਾਂ ਕਹਿੰਦੇ ਹੁੰਦੀਆਂ ਕਿ ਇੱਥੇ ਹੀ ਉਹ ਸਾਰੇ ਆਪਾਂ ਜਾਣਦੇ ਹਾਂ। ਸਰਦਾਰ ਮਨਪ੍ਰੀਤ ਸਿੰਘ ਜੀ ਵਾਲੀਆ, ਦਰਬਾਰਾ ਸਿੰਘ ਜੀ ਢਿੱਲੋਂ, ਸੈਕਟਰੀ ਸਾਹਿਬ, ਗੁਰਵੀਰ ਜੀ, ਬਾਜਵਾ ਜੀ, ਕੰਗ ਸਾਹਿਬ, ਅਤੇ ਬਹੁਤ ਹੀ ਸਤਿਕਾਰਯੋਗ ਹਬੀਬਵਾਲ ਮੰਡ ਦੇ ਵਾਸੀ, ਗੁੱਜਰ ਬਰਾਦਰੀ ਦੇ ਭਾਈਚਾਰੇ ਦੇ ਮੇਰੇ ਵੀਰ, ਨੌਜਵਾਨ ਵੀਰ, ਫਤਿਹ ਹਾਜ਼ਰ ਕਰਦਾ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਅਤੇ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਬੋਲਣ ਤੋਂ ਪਹਿਲਾਂ ਵਾਲੀਆ ਜੀ ਨੇ, ਸੈਕਟਰੀ ਸਾਹਿਬ ਨੇ, ਬਾਜਵਾ ਜੀ ਨੇ ਵਿਚਾਰ ਸਾਂਝੇ ਕੀਤੇ, ਦੱਸਿਆ ਕਿ ਪਿਛਲੇ 40 ਸਾਲ ਤੋਂ 41 ਸਾਲ ਤੋਂ ਅਸੀਂ ਕਾਂਗਰਸ ਤੋਂ ਸਿਵਾਏ ਕਿਸੇ ਨੂੰ ਵੋਟ ਨਹੀਂ ਪਾਈ। ਇੱਕ ਦੋ ਵਾਰ ਗੁੱਸੇ ਗਿਲੇ ਦੇ ਵਿੱਚ ਕਹਿੰਦੇ ਵੀ ਪਾਉਣ ਦੀ ਕੋਸ਼ਿਸ਼ ਕੀਤੀ ਆ, ਤੇ ਵੀ ਇੱਦਾਂ ਹੀ ਜਾ ਕੇ ਪਰਚੀ ਸੁੱਟ ਕੇ ਆ ਗਏ ਤੇ ਇੱਦਾਂ ਹੀ ਵਾਪਸ ਆ ਗਏ। ਇਹਨਾਂ ਦੇ ਖੂਨ ਦੇ ਵਿੱਚ ਇਹਨਾਂ ਦੇ ਬਜ਼ੁਰਗਾਂ ਵੱਲੋਂ ਇੱਕੋ ਗੱਲ ਸੀ ਕਿ ਕਾਂਗਰਸ ਸੈਕੂਲਰ ਸੋਚ ਦੀ ਜਮਾਤ ਆ, ਤੇ ਜੇ ਕੋਈ ਗਰੀਬਾਂ ਦਾ ਜਾਂ ਕਿਸੇ ਦੇਸ਼ ਦਾ ਸਵਾਰ ਸਕਦੀ ਹੈ ਤੇ ਉਹ ਕਾਂਗਰਸ ਪਾਰਟੀ ਆ। ਇਹ ਚੰਗੀ ਸੋਚ ਸੀ ਇਹਨਾਂ ਦੇ ਬਜ਼ੁਰਗਾਂ ਦੀ, ਤੇ ਗਾਂ ਇਹਨਾਂ ਨੂੰ ਵੀ ਉਸ ਤੇ ਅਮਲ ਕੀਤਾ, ਪਰ ਬਦਕਿਸਮਤੀ ਦੇ ਨਾਲ ਜਦੋਂ ਵੋਟਾਂ ਆਉਂਦੀਆਂ, ਗੱਲ ਜੇ ਲੋਕ ਸਭਾ ਦੀ ਕਰੀਏ, ਵਿਧਾਨ ਸਭਾ ਦੀ ਕਰੀਏ, ਤੇ ਜਾਂ ਪਿੰਡ ਦੀ ਪੰਚਾਇਤ ਦੀ ਵੀ ਕਰੀਏ, ਉਦੋਂ ਗੱਲਾਂ ਹੁੰਦੀਆਂ ਤੇ ਲੀਡਰ ਸਾਹਿਬਾਨ ਵੀ ਮੰਡ ਵੱਲ ਨੂੰ ਮੂੰਹ ਨਹੀਂ ਕਰਦੇ, ਉਧਰੋਂ ਉਧਰੋਂ ਪਿੰਡੋਂ ਹੀ ਬਾਹਰੋਂ ਬਾਹਰੀ ਇੱਧਰ ਨੂੰ ਕੋਈ ਆਉਂਦਾ ਨਹੀਂ, ਜਿਹਦਾ ਕਰਕੇ ਵੋਟਾਂ ਲੈ ਕੇ ਚਲੇ ਜਾਂਦੇ ਆ ਤੇ ਮੁੜ ਕੇ ਵੋਟਾਂ ਵੇਲੇ ਵਾਰੀ ਆਉਂਦੀ ਆ। ਪਰ ਮੈਨੂੰ ਮੌਕਾ ਮਿਲਿਆ ਪਿਛਲੇ ਸਮੇਂ ਦੌਰਾਨ ਇਸ ਇਲਾਕੇ ਦੇ ਵਿੱਚ ਵਿਚਰਨ ਦਾ, ਬਾਜਵੇ ਦੇ ਸਦਕੇ ਇਸ ਪਰਿਵਾਰ ਨਾਲ ਚਲੋ ਮੇਰੀ ਸਾਂਝ ਪਈ ਆ, ਨਾਲ ਲੱਗਦੇ ਜ਼ਿਮੀਂਦਾਰ, ਸੈਕਟਰੀ ਸਾਹਿਬ ਸਾਰਿਆਂ ਦੇ ਨਾਲ ਅਸੀਂ ਦੁੱਖ ਸੁੱਖ ਦੇ ਵਿੱਚ। ਮੇਰੇ ਨੌਜਵਾਨ ਵੀਰ ਨੇ ਜ਼ਿਕਰ ਕੀਤਾ ਕਿ ਲੀਡਰ ਹੋਵੇ ਤੇ ਇਦਾਂ ਦਾ ਹੋਵੇ ਕਿ ਇਹ ਨਹੀਂ ਕਿ ਕੁੜਤਾ ਪਜਾਮਾ ਪਾ ਕੇ ਤੇ ਇਕੱਲਾ ਮੈਕ ਮੋਹਰੇ ਹੀ ਕੰਮ ਚੱਲੀ ਜਾਵੇ ਜਾਂ ਵੀਡੀਓ ਮੋਹਰੇ ਹੀ। ਵੀ ਜਦੋਂ ਅਸੀਂ ਦੁੱਖ ਸੁੱਖ ਦੇ ਵਿੱਚ, ਲੀਡਰ ਕੀ ਹੁੰਦਾ, ਲੀਡਰ ਦੀ ਡੈਪ ਫੁੱਲ ਫਾਰਮ ਕੀ ਆ, ਲੀਡਰ ਦੀ ਫੁੱਲ ਫਾਰਮ ਹੁੰਦੀ ਆ ਲੀਡ ਕਰੇ। ਤੁਸੀਂ ਅੱਗ ਲੱਗੀ ਹੋਈ ਆ ਤੇ ਜੇ ਤੁਸੀਂ ਕਹੋ ਕਿ ਮੈਂ ਚੋਣ ਪ੍ਰਚਾਰ ਕਰਾਂ ਤੇ ਮੈਂ ਹੌਲੀ ਜਿਹੀ ਯਾਰ ਗੱਡੀ ਕੱਢ ਲਾ ਸਾਈਡ ਨੂੰ ਨਿਕਲ ਚਲੀਏ, ਆਪਾਂ ਇੱਥੇ ਐਵੇਂ 2 ਘੰਟੇ ਖਰਾਬ ਕਰਾਂਗੇ, ਉਹ ਲੀਡਰ ਨਹੀਂ ਗਾ, ਉਹ ਮਤਲਬੀ ਆ। ਅੱਖੀ ਦੇਖਿਆ ਜ਼ਿਮੀਂਦਾਰਾਂ ਦਾ ਪੁੱਤ ਹੋਵੇ ਤੇ ਜ਼ਿਮੀਂਦਾਰਾਂ ਦੀ, ਕਿਸਾਨਾਂ ਦੀ ਮਿਹਨਤ ਦੀ ਫਸਲ ਹੋਵੇ ਤੇ ਉਹ ਸੜਦੀ ਹੋਵੇ ਤੇ ਮੈਂ ਤਾਂ ਨਹੀਂ ਦੇਖ ਸਕਦਾ, ਮੇਰੇ ਵੱਸ ਦੀ ਗੱਲ ਨਹੀਂ ਸੀ। ਅਸੀਂ ਕੋਸ਼ਿਸ਼ ਕੀਤੀ ਸਾਰਿਆਂ ਨੇ, ਬਾਜਵੇ ਦੇ ਦੋਸਤ ਸੀਗੇ, ਮਨਪ੍ਰੀਤ ਹੁਣੀ ਸੀ, ਜਿੰਨੇ ਜੋਗੇ ਸੀਗੇ ਨਾਲ ਪਿੰਡ ਵਾਲੇ ਸੀਗੇ ਸਾਰਿਆਂ ਨੇ, ਚਲੋ ਜੇ ਅਸੀਂ ਕੁੜਤੇ ਸਮੇਤ ਵਿੱਚ ਮੈਦਾਨ ਦੇ ਉੱਤਰੇ ਤੇ ਸਾਰੇ ਲੋਕ ਉੱਤਰ ਆਏ, ਜ਼ਿਆਦਾ ਨੁਕਸਾਨ ਹੋਣਾ ਸੀ, ਜਿੰਨੀ ਭਿਆਨਕ ਅੱਗ ਸੀਗੀ ਉਹ 400-500 ਏਕੜ ਸੜ ਸਕਦਾ ਸੀ। ਲੋਕਾਂ ਦੇ ਸਹਿਯੋਗ ਨਾਲ, ਤੁਹਾਡੇ ਭਰਾਵਾਂ ਦੇ ਸਹਿਯੋਗ ਨਾਲ ਹਿੰਮਤ ਮਾਝੀ ਤੇ ਅਸੀਂ ਉਹਨਾਂ ਨੂੰ 30-35 ਏਕੜ ਤੱਕ ਅੱਗ ਨੂੰ ਰੋਕਣ ਵਿੱਚ ਕਾਮਯਾਬ ਹੋ ਗਏ। ਜੇ ਇਨਸਾਨ ਕੋਸ਼ਿਸ਼ ਕਰੇ ਤੇ ਸਭ ਕੁਝ ਸੰਭਵ ਆ।
ਪਰ ਜੇ ਕਹੀਏ ਕਿ ਇਹ ਮੈਂ ਨਹੀਂ ਕਰਨਾ ਦੂਜਾ ਕਰੇ ਤਾਂ ਫਿਰ ਕੁਛ ਨਹੀਂ ਹੋਣਾ। ਉਸੇ ਤਰ੍ਹਾਂ ਗੱਲ ਪਿੰਡ ਦੀ ਕਰਾਂਗੇ ਕਿ 40 ਸਾਲ 8 ਪੰਚਾਇਤਾਂ ਬਣਦੀਆਂ ਰਹੀਆਂ, ਪਿੰਡ ਵਿੱਚ ਪੈਸੇ ਆਉਂਦੇ ਰਹੇ। ਮੈਂ ਕਿਸੇ ਵੀ ਮੈਂਬਰ ਪੰਚਾਇਤ ਨੂੰ, ਮੈਂਬਰ ਸਾਹਿਬਾਨ ਨੂੰ ਇਹ ਗੱਲ ਨਹੀਂ ਕਹਿੰਦਾ ਕਿ ਉਹਨਾਂ ਨੇ ਕੁਛ ਗਲਤ ਕੀਤਾ, ਪਰ ਸਾਡਾ ਨਗਰ ਨਿਵਾਸੀਆਂ ਦਾ ਵੀ ਇੱਕ ਫਰਜ਼ ਬਣਦਾ। ਸਾਡੇ ਕੋਲ ਇੱਕ ਅਧਿਕਾਰ ਆ ਜੋ ਪਿਛਲੀ ਸਰਕਾਰ ਦੌਰਾਨ ਡਾਕਟਰ ਮਨਮੋਹਨ ਸਿੰਘ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸੀਗੇ, ਉਹਨਾਂ ਨੇ ਦਿੱਤਾ RTI ਐਕਟ, ਰਾਈਟ ਟੂ ਇਨਫੋਰਮੇਸ਼ਨ। ਕੋਈ ਵੀ ਇਨਸਾਨ ਇਹਦੇ ਵਾਸਤੇ ਜ਼ਰੂਰੀ ਨਹੀਂ ਗਾ ਕਿ ਹਾਂਜੀ ਜੀ ਕਿ ਉਹ ਬੰਦਾ ਮੈਂਬਰ ਪੰਚਾਇਤ ਹੋਵੇ, ਉਹ ਬੰਦਾ ਸਰਪੰਚ ਹੋਵੇ, ਉਹੀ ਬੰਦਾ ਉਹਦੀ ਇਨਫੋਰਮੇਸ਼ਨ ਲੈ ਸਕਦਾ। ਸਾਨੂੰ ਇਹ ਸਾਡੇ ਡਾਕਟਰ ਮਨਮੋਹਨ ਸਿੰਘ ਦੀ ਦੇਣ ਆ। ਇੱਕ ਨੌਜਵਾਨ ਵੀਰ ਵੀ, ਇੱਕ ਆਮ ਇਨਸਾਨ ਵੀ 10 ਰੁਪਏ ਦਾ ਪੋਸਟਰ ਆਰਡਰ ਲਾ ਕੇ ਪਿੰਡ ਹਬੀਬਵਾਲ ਦੇ ਵਿੱਚ ਸਰਕਾਰ ਦਾ ਕਿੰਨਾ ਪੈਸਾ ਆਇਆ, ਕਿਹੜੀਆਂ ਕਿਹੜੀਆਂ ਗਲੀਆਂ ਬਣੀਆਂ, ਉਹਦਾ ਹਿਸਾਬ ਮੰਗਣ ਦਾ ਅਧਿਕਾਰ ਆ ਤੁਹਾਡੇ ਕੋਲ। ਇਹ ਕਾਂਗਰਸ ਦੀ ਦੇਣ, ਪਰ ਸਾਨੂੰ, ਅਸੀਂ ਲੋਕ ਇਹਦੇ ਵੱਲ ਨੂੰ ਜਾਂਦੇ ਨਹੀਂ। ਆਪਾਂ ਨੂੰ ਜ਼ਿੰਮੇਵਾਰੀ ਸਮਝਣੀ ਪਊਗੀ ਆਪਣੀ। ਅਸੀਂ ਆਪਣੇ ਮੈਂਬਰ ਪੰਚਾਇਤ ਸਰਪੰਚ ਚੁਣ ਕੇ ਮੁੜ ਕੇ ਆਪਣੀ ਜ਼ਿੰਮੇਵਾਰੀ ਭੁੱਲ ਜਾਂਦੇ ਹਾਂ ਕਿ ਹਾਂਜੀ ਜੀ ਇਹ ਕਰਨਗੇ। ਉਹ ਕਰਦੇ ਉਹੀ ਅੰਕਲ ਵਾਲੀ ਗੱਲ, ਸੈਕਟਰੀ ਸਾਹਿਬ ਵਾਲੀ, ਵੀ ਇੱਧਰੋਂ ਇੱਟ ਪੁੱਟੀ ਦੂਜੇ ਮੈਨੇ ਲਾਤੀ, ਵੀ ਇਹ ਵਿੰਗੀ ਸੀਗੀ, ਸਿੱਧੀ ਕੀਤੀ ਆ। ਪਰ ਨਹੀਂ, ਆਪਾਂ ਨੂੰ ਵਿੱਚ ਇੰਟਰਫੇਅਰ ਕਰਨਾ ਚਾਹੀਦਾ। ਇੱਕ ਨੌਜਵਾਨਾਂ ਦੀ ਨੌਜਵਾਨ ਸਭਾ ਬਣੇ, ਸਿਆਣੇ ਬੰਦਿਆਂ ਦੀ ਵੈਲਫੇਅਰ ਸਭਾ ਬਣੇ। ਸੋਸ਼ਲ ਕੰਮਾਂ ਦਾ ਜ਼ਰੂਰੀ ਨਹੀਂ ਹੁੰਦਾ ਇਕੱਲਾ ਡਿਵੈਲਪਮੈਂਟ ਆ, ਇਲਾਕੇ ਵਿੱਚ ਰੁੱਖ ਲੱਗਣ ਬਹੁਤ ਲੋੜ ਆ, ਬਹੁਤ ਭਲਾਈ ਦੇ ਕੰਮ ਹੁੰਦੇ ਆ। ਜਿੱਥੇ ਆਪਾਂ ਸੋਚਦੇ ਹਾਂ ਕਿ ਇਲਾਕੇ ਵਿੱਚ ਗੁਰਦੁਆਰਾ ਮੰਦਿਰ ਹੋਵੇ, ਉੱਥੇ ਇਲਾਕੇ ਦੀ ਸਾਫ ਸਫਾਈ ਤੇ ਖੁਸ਼ਹਾਲੀ ਹਰਿਆਲੀ ਦੀ ਵੀ ਜ਼ਿੰਮੇਵਾਰੀ ਸਾਡੀ ਬਣਦੀ ਹੈ। ਅਸੀਂ ਆਪਣੀ ਆਉਣ ਵਾਲੀਆਂ ਨਸਲਾਂ ਨੂੰ ਕੀ ਦੇਵਾਂਗੇ। ਜਦੋਂ ਇਹਨਾਂ ਰਾਹਾਂ ਦੇ ਵਿੱਚ ਸਾਡੇ ਬੱਚੇ ਰੁੱਕ ਕੇ ਛਾਵੇਂ ਖਲੋਣਗੇ ਤੇ ਕਹਿਣਗੇ ਸਾਡੇ ਬਜ਼ੁਰਗਾਂ ਦੀ ਦੇਣ ਆ। ਸਾਨੂੰ ਇਦਾਂ ਦੇ ਵੀ ਉਪਰਾਲੇ ਕਰਨੇ ਚਾਹੀਦੇ ਆ। ਵੋਟਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਆਪਾਂ ਨੂੰ ਬਾਜਵਾ ਜੀ ਇੱਕ ਇਦਾਂ ਦਾ ਸੁਸਾਇਟੀ ਬਣਾਓ ਕਿ ਪਿੰਡ ਦੇ ਵਿੱਚ ਪੰਚਾਇਤ ਸਾਡੀ ਕੀ ਕਰਦੀ ਆ। ਤੁਹਾਡੇ ਕੋਲ ਅਧਿਕਾਰ ਆ, ਤੁਸੀਂ ਪੁੱਛ ਸਕਦੇ ਹੋ ਕੰਗ ਸਾਹਿਬ। ਸਾਨੂੰ ਸਾਡੀਆਂ ਸਰਕਾਰਾਂ ਨੇ ਰਾਈਟ ਦਿੱਤਾ ਆ, ਆਪਾਂ ਆਪਣੇ ਰਾਈਟ ਨੂੰ ਪਛਾਣੀਏ। ਲੋੜ ਆ, ਜੇ ਗੱਲ ਕੀਤੀ ਉਹਨਾਂ ਨੇ ਕਿ ਇਸ ਜਿਹੜੀ ਇਹ ਬੰਨ ਦੇ ਉੱਤੇ ਸੜਕ ਬਣੀ ਆ, ਵਾਲੀਆ ਜੀ ਨੇ ਕਿਹਾ, ਕਹਿੰਦੇ ਵੀ ਇਹ ਬੜੀ ਵੱਡੀ ਲੋੜ ਆ ਇਸ ਇਲਾਕੇ ਦੀ। ਕਾਂਗਰਸ ਦੇ ਰਾਜ ਦੇ ਸਮੇਂ ਇਹ ਰੋਡ ਬਣੀ ਸੀ, ਉਸ ਤੋਂ ਬਾਅਦ ਇਹਦੀ ਰਿਪੇਅਰ ਵੀ ਨਹੀਂ ਹੋਈ। ਚਲੋ ਗੁਰੂ ਮਹਾਰਾਜ ਕਿਰਪਾ ਕਰਨ, ਡਾਕਟਰ ਰਾਜ ਜੀ ਲੋਕ ਸਭਾ ਦੇ ਮੈਂਬਰ ਚੁਣੇ ਜਾਣੇ ਆ 100% ਤੁਹਾਡੀ ਕਿਰਪਾ ਦੇ ਨਾਲ, ਤੇ ਆਪਾਂ ਪ੍ਰਧਾਨ ਮੰਤਰੀ ਯੋਜਨਾ ਦੇ ਵਿੱਚ ਇਸ ਸੜਕ ਨੂੰ ਕੰਪਲੀਟ ਕਰਾਂਗੇ। ਜਿੱਥੋਂ ਇਹ ਬਾਜਵਾ ਜੀ ਜੋ ਪਲਾਨ ਬਣਿਆ ਸੀਗਾ, ਜੇ ਉਹਨੂੰ ਵੱਧ ਘੱਟ ਵੀ ਕਰਨਾ ਪਿਆ ਤਾਂ ਉਹ ਵੀ ਕਰਾ ਕੇ ਦੇਵਾਂਗੇ, ਇਹ ਤੁਹਾਡੇ ਨਾਲ ਵਾਅਦਾ ਆ। ਉਸ ਤੋਂ ਇਲਾਵਾ ਵੀ ਜੋ ਤੁਹਾਡਾ ਹੱਕ ਬਣਦਾ ਤੁਹਾਡੇ ਘਰਾਂ ਨੂੰ ਜਾਂਦੀ ਸੜਕਾਂ ਦਾ, ਉਹਦਾ ਵੀ ਜਿਹੜਾ ਹੈਗਾ ਮਸਲਾ ਹੱਲ ਪੰਚਾਇਤ ਦੇ ਥਰੂ ਜਿਹੜੇ ਵੀ ਫੰਡ ਹੈਗੇ ਆ ਉਹ ਦਵਾ ਕੇ ਇਹ ਜਿਹੜੀ ਤੁਹਾਡੇ ਨਾਲ ਪੱਖਪਾਤ ਹੋਇਆ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ, ਕਰਾਂਗੇ। ਉਹਦੇ ਲਈ ਤੁਹਾਡੇ ਨਾਲ ਵਾਅਦਾ ਕਰਦਾ ਆ। ਹੋਰ ਕੀ ਸੀਗਾ, ਇੱਕ ਸੜਕ ਹੋ ਗਈ, ਇੱਕ ਹੋ ਗਿਆ ਆਪਣਾ, ਇਹ ਹੋਰ ਆਪਣੇ ਇੱਥੋਂ ਇਲਾਕੇ ਦੀ ਡਿਮਾਂਡ ਕੀ ਹੈ, ਰਸਤਿਆਂ ਦੀ ਮੇਨ ਗੱਲ ਆ, ਹੱਲ ਕਰਾ ਕੇ ਦੇਵਾਂਗੇ, ਤੁਹਾਡਾ ਹੱਕ ਆਏ।
ਤੁਸੀਂ ਟੈਕਸ ਪੇ ਕਰਦੇ ਹੋ, ਉਸ ਟੈਕਸ ਦੇ ਨਾਲ ਪੰਜਾਬ ਸਰਕਾਰ ਡਿਵੈਲਪਮੈਂਟ ਕਰਦੀ ਆ। ਹੁਣ ਮੈਂ ਗੱਲ ਕਰਾਂ, ਹੁਣ ਆਪਾਂ ਵੋਟਾਂ ਦੀ ਗੱਲ ਕਰ ਲੈਂਦੇ ਹਾਂ। ਅੱਜ 19 ਮਈ ਨੂੰ ਹਿੰਦੁਸਤਾਨ ਦੀ, ਸਾਡੇ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਚੁਣੀ ਜਾਣੀ ਆ। ਜਿੱਦਾਂ ਆਪਾਂ ਪਿੰਡ ਸਰਪੰਚ ਚੁਣਦੇ ਤੇ ਮੈਂਬਰ ਪੰਚਾਇਤ ਚੁਣਦੇ ਆ ਨਾ, ਜਿੱਦਾਂ ਸਰਪੰਚ ਚੁਣਦੇ ਆ ਉਹ ਦੇਸ਼ ਦਾ ਪ੍ਰਧਾਨ ਮੰਤਰੀ ਬਣਦਾ, ਤੇ ਜਿੱਦਾਂ ਪੰਚ ਚੁਣਦੇ ਆ ਉਹ ਲੋਕ ਸਭਾ ਮੈਂਬਰ ਬਣਦਾ। ਸਾਡੇ ਲੋਕ ਸਭਾ ਦੇ ਮੈਂਬਰ ਨੇ 9 ਵਿਧਾਨ ਸਭਾ ਹਲਕੇ। ਛੋਟੇ ਵੀਰ ਮਿੰਟ ਦੋ ਹੀ ਲੈਣੇ ਮੈਂ, ਹੁਣ 2 ਮਿੰਟ ਲਾ ਲਈਏ ਆਪਾਂ, ਗੱਲ ਤੁਹਾਡੇ ਫਿਊਚਰ ਦੀ ਆ। 9 ਵਿਧਾਨ ਸਭਾ ਹਲਕੇ ਆਉਂਦੇ ਆ ਲੋਕ ਸਭਾ ਦੇ ਹਲਕੇ ਦੇ ਵਿੱਚ। ਜੇ ਡਾਕਟਰ ਰਾਜ ਜੀ, ਚੱਬੇਵਾਲ ਜੀ ਇੱਥੋਂ ਲੋਕ ਸਭਾ ਮੈਂਬਰ ਚੁਣੇ ਜਾਂਦੇ ਤੁਹਾਡੀ ਵੋਟ ਦੀ ਤਾਕਤ ਦੇ ਨਾਲ, ਤੇ ਅਸੀਂ ਆਪਣਾ ਹਲਕੇ ਦਾ ਹੱਕ ਜੋ ਹੈਗਾ 5 ਕਰੋੜ ਰੁਪਈਆ ਇੱਕ ਸਾਲ ਦਾ ਮਿਲਦਾ ਉਹਨਾਂ ਨੂੰ, 5 ਸਾਲਾਂ ਦੇ ਵਿੱਚ ਉਹ ਆਪਾਂ ਆਪਣੇ ਭਲੱਥ ਹਲਕੇ ਦਾ ਹੱਕ ਖੋ ਕੇ ਲੈ ਕੇ ਆਵਾਂਗੇ ਕਿ ਡਾਕਟਰ ਰਾਜ ਜੀ ਇਹਨਾਂ ਲੋਕਾਂ ਨੇ ਤੁਹਾਨੂੰ ਵੋਟਾਂ ਪਾ ਕੇ ਲੋਕ ਸਭਾ 'ਚ ਭੇਜਿਆ, ਇਹ ਤੁਹਾਡੇ ਨਾਲ ਵਾਅਦਾ ਆ। ਜੇ ਗੱਲ ਕਰੀਏ ਬੀਜੇਪੀ ਸਰਕਾਰ ਦੀ, ਪਿਛਲੀ ਵਾਰੀ ਸਾਂਪਲਾ ਜੀ ਗਏ ਸੀ, ਗੁਰਵੀਰ ਜੀ ਨੇ ਦੱਸਿਆ ਬੀਜੇਪੀ ਦੀ ਸਰਕਾਰ ਦੇ ਵਿੱਚ, ਮੋਦੀ ਦੀ ਸਰਕਾਰ ਦੇ ਵਿੱਚ ਮੰਤਰੀ ਹੋਣਾ ਕੋਈ ਛੋਟੀ ਗੱਲ ਨਹੀਂ ਹੁੰਦੀ। ਜੇ ਤੁਸੀਂ ਲੋਕਾਂ ਨੇ ਵੋਟਾਂ ਪਾ ਕੇ ਉਹਨਾਂ ਨੂੰ ਭੇਜਿਆ ਮੈਂਬਰ ਪਾਰਲੀਮੈਂਟ ਬਣਾ ਕੇ, ਤੇ ਉੱਥੇ ਉਹਨਾਂ ਨੂੰ ਸਰਕਾਰ ਦੇ ਵਿੱਚ ਵਜ਼ੀਰ ਬਣਾਇਆ, ਤੇ ਵਜ਼ੀਰ ਦੇ ਕੋਲ ਬਹੁਤ ਪਾਵਰ ਹੁੰਦੀ ਆ ਇਲਾਕੇ ਦੇ ਵਿੱਚ, ਉਹ ਬਹੁਤ ਕੁਝ ਸਵਾਰ ਸਕਦਾ, ਬਹੁਤ ਡਿਵੈਲਪਮੈਂਟ ਕਰਾ ਸਕਦਾ। ਪਰ ਸਾਂਪਲਾ ਜੀ ਇੱਥੇ 1 ਰੁਪਈਏ ਦਾ ਵਿਕਾਸ ਨਹੀਂ ਕਰਾਇਆ, ਇਸੇ ਕਰਕੇ ਉਹਨਾਂ ਦੀ ਪਾਰਟੀ ਨੇ ਉਹਨੂੰ ਟਿਕਟ ਨਹੀਂ ਦਿੱਤੀ, ਹੁਣ ਇਸ ਵਾਰੀ ਸੋਮ ਪ੍ਰਕਾਸ਼ ਨੂੰ ਦਿੱਤੀ ਆ, ਕਿਉਂਕਿ ਇਹ ਲੋਕਾਂ ਨੂੰ ਬੇਵਕੂਫ ਬਣਾਉਂਦੇ ਆ ਕਿ ਹਾਂਜੀ ਭੋਲੇ ਭਾਲੇ ਲੋਕ ਆ, ਇਸ ਵਾਰ ਕੈਂਡੀਡੇਟ ਚੇਂਜ ਕਰ ਦਿਓ। ਪਿਛਲੀ ਵਾਰੀ ਉਹਨਾਂ ਨੂੰ ਪਾਤੀਆਂ ਸੀ, ਹੁਣ ਕਿਹੜਾ ਸਾਂਪਲਾ ਆ, ਉਹ ਤੇ ਉਹਨਾਂ ਨੂੰ ਪੁੱਛਣਾ ਸੀ ਲੋਕਾਂ ਨੇ, ਤੁਸੀਂ ਆਏ ਨਹੀਂ, ਤੇ ਹੁਣ ਕੈਂਡੀਡੇਟ ਚੇਂਜ ਕਰ ਦਿੱਤਾ। ਇਸ ਕਰਕੇ ਆਪਾਂ ਨੂੰ ਬਚਣ ਦੀ ਲੋੜ ਆ। ਜੋ ਮੋਦੀ ਨੇ 5 ਸਾਲ ਕੀਤਾ, ਗੁਰਵੀਰ ਜੀ ਨੇ ਤੁਹਾਡੇ ਨਾਲ ਸਾਂਝਾ ਕੀਤਾ, ਨੋਟਬੰਦੀ ਦੌਰਾਨ ਜੋ ਸਾਡਾ ਨੁਕਸਾਨ ਹੋਇਆ, ਆਪਾਂ ਗੱਲਾਂ, ਤੁਸੀਂ ਸਾਰੇ ਕੰਮ ਵਾਲੇ ਹੋ, ਆਪਣੇ ਕੰਮ ਛੱਡ ਕੇ ਆਏ ਹੋ, ਵਿਚਾਰ ਸੁਣਨ, ਵਿਚਾਰ ਸਾਂਝੇ ਕਰਨ, ਉਹਨਾਂ ਨੂੰ ਦੁਹਰਾਉਣ ਦਾ ਕੋਈ ਫਾਇਦਾ ਨਹੀਂ। ਨੋਟਬੰਦੀ ਨੇ, GST ਨੇ, ਜੋ ਨੁਕਸਾਨ ਸਾਡੇ ਦੇਸ਼ ਦੇ ਕਿਸਾਨਾਂ ਦਾ, ਜ਼ਿਮੀਂਦਾਰਾਂ ਦਾ, ਬਿਜ਼ਨਸਮੈਨ ਭਾਈਚਾਰੇ ਦਾ, ਦੁਕਾਨਦਾਰਾਂ ਦਾ ਕੀਤਾ, ਉਹ ਤੋਂ ਤੁਸੀਂ ਸਭ ਆਪ ਤੁਸੀਂ ਆਪਣੇ ਆਪ ਤੇ ਹੰਢਾਇਆ ਵਾ। ਮੈਂ ਜ਼ਿਆਦਾ ਉਹਨੂੰ ਕਹਾਂਗਾ ਤਾਂ ਉਹਦਾ ਕੋਈ ਫਾਇਦਾ ਕੋਈ ਨਹੀਂ ਗਾ। ਅੱਜ ਡਾਕਟਰ ਰਾਜ ਦੇ ਲਈ ਤੁਹਾਡੇ ਕੋਲ ਵੋਟਾਂ ਮੰਗਣ ਆਏ ਆ, ਤਗੜੇ ਹੋ ਕੇ ਵੋਟਾਂ ਪਾਓ, ਤੇ ਆਪਾਂ ਤੁਹਾਡੇ ਨਾਲ ਵਾਅਦਾ ਆ ਕਿ ਇਸ ਇਲਾਕੇ ਦਾ ਜੋ ਹੱਕ ਬਣਦਾ ਤੁਹਾਡਾ ਉਹ ਹੱਕ ਲੈ ਕੇ ਦੇਵਾਂਗਾ, ਪਹਿਲ ਦੇ ਆਧਾਰ ਤੇ ਰਹਾਂਗਾ, ਤੇ ਤੁਹਾਡੇ ਵਿੱਚ ਹਰੇਕ ਦੁੱਖ ਸੁੱਖ ਦੇ ਵਿੱਚ ਤੁਹਾਡੇ ਕੋਲ ਇੱਥੇ ਹਾਜ਼ਰ ਰਹਾਂਗਾ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।